ਰੋਜ਼ ਦੀ ਰੋਟੀਨ ਦੇ ਵਿੱਚ ਹਾਂ ਹਰ ਰੋਜ਼ ਰੋਟੀਨ ਦੇ ਵਿੱਚ ਜਿੰਨੇ ਕੰਮ ਕਰਦੇ ਆ ਉਹ ਪ੍ਰੈਜ਼ੈਂਟ ਇਨਡੈਫਿਨਿਟ ਦੇ ਜੇ ਆਪਾਂ ਅੰਗਰੇਜ਼ੀ ਦੇ ਵਿੱਚ ਬੋਲਣਾ ਪਿਆ ਤਾਂ ਆਪਾਂ ਕਿਵੇਂ ਬੋਲਾਂਗੇ ਮੇਰੀ ਰੋਟੀਨ ਮੈਂ ਦੱਸ ਦੂੰਗਾ ਤੇ ਤੁਸੀਂ ਆਪਣੀ ਰੋਟੀਨ ਕਮੈਂਟਾਂ ਦੇ ਵਿੱਚ ਦੱਸਿਓ हेलो वेलकम टू रमन स्पोकन इंग्लिश चैनल 100 डेज कोर्स दा वीडियो नंबर 5 मतलब के आज आपा प्रेजेंट इंडेफिनिट टेंस नो किमे यूज करनेगा मतलब उदे सेंटेंस किमे बनाउने हां लास्ट वीडियो नंबर 4 ਦੇ ਵਿੱਚ ਮੈਂ ਐਕਸਪਲੇਨ ਕੀਤਾ ਸੀਗਾ ਕਿ ਕਿਸ ਤਰੀਕੇ ਨਾਲ ਆਪਾਂ प्रेजेंट इंडेफिनिट यूज़ ਕਰ ਸਕਦੇ ਆ ਟੂ ਡਜ਼ एस और इज सारीयां ਚੀਜ਼ਾਂ ਆਪਾਂ ਵੀਡੀਓ ਨੰਬਰ 4 ਚ ਸਿੱਖੇ ਆਏ ਆ ਜੇ ਕਿਸੇ ਨੇ ਵੀਡੀਓ ਨਹੀਂ ਦੇਖਿਆ ਪਹਿਲਾਂ ਉਹ ਵੀਡੀਓ ਦੇਖ ਕੇ ਆਈਓ ਇਸ ਵੀਡੀਓ ਦਾ ਤਾਂ ਤੁਹਾਨੂੰ ਫਾਇਦਾ ਹੋਏਗਾ ਟਾਈਮ ਨੂੰ ਖਰਾਬ ਨਹੀਂ ਕਰਦੇ ਅੱਜ ਮੈਂ ਤੁਹਾਨੂੰ ਕੀ ਪੜਾਉਂਗਾ ਅੱਜ ਮੈਂ ਤੁਹਾਨੂੰ ਪੜਾਉਣ ਲੱਗਿਆ ਵਰਬ ਦੀਆਂ ਫਾਰਮਸ ਜਿਹੜੀਆਂ ਬਹੁਤ ਜ਼ਰੂਰੀ ਨੇ ਇੰਗਲਿਸ਼ ਨੂੰ ਬੋਲਣ ਦੇ ਲਈ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ 10 ਵਰਬ ਦੀਆਂ ਫਾਰਮਸ ਪੜਾ ਰਹੇ ਹਾਂਗੇ ਇੱਥੇ ਉਸ ਤੋਂ ਬਾਅਦ ਉਹਨਾਂ ਵਰਬ ਦੀਆਂ ਫਾਰਮ ਨੂੰ ਸੈਂਟੈਂਸ ਕਿਵੇਂ ਬਣਾਉਣੇ ਆ ਉਹ ਸਿਖਾਉਂਗਾ ਤੇ ਅਗਲੀ ਗੱਲ ਹੈ ਕਿ ਆਪਾਂ ਹਰ ਰੋਜ਼ ਦੀ ਰੁਟੀਨ ਦੇ ਵਿੱਚ ਆ ਹਰ ਰੋਜ਼ ਰੁਟੀਨ ਦੇ ਵਿੱਚ ਜਿੰਨੇ ਕੰਮ ਕਰਦੇ ਆ ਉਹ ਪ੍ਰੈਜ਼ੈਂਟ ਇਨਡੈਫਿਨਿਟ ਦੇ ਜੇ ਆਪਾਂ ਨੂੰ ਇੰਗਲਿਸ਼ ਦੇ ਵਿੱਚ ਬੋਲਣਾ ਪਿਆ ਤਾਂ ਆਪਾਂ ਕਿਵੇਂ ਬੋਲਾਂਗੇ ਤੇ ਕਮਾਲ ਦੀ ਗੱਲ ਇਹ ਹੋਏਗੀ ਕਿ ਵੀਡੀਓ ਤੋਂ ਬਾਅਦ ਅੱਜ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣਾ ਰੁਟੀਨ ਦਿਖਾਵਾਂਗਾ ਤੇ ਵੀਡੀਓ ਦੇ ਬੈਕਗ੍ਰਾਉਂਡ ਦੇ ਵਿੱਚ ਮੈਂ ਜੋ-ਜੋ ਬੋਲੂਗਾ ਉਹੀ-ਉਹੀ ਚੱਲੇਗਾ ਤੁਸੀਂ ਫੀਲ ਕਰੋਗੇ ਵਿਹਾਰ ਅਮਨ ਸਰ ਉਹਨਾ ਕਰ ਰਹੇ ਨੇ ਹੁਣ ਆਲ ਕਰ ਰਹੇ ਨੇ एवरीथिंग ਬਹੁਤ ਮਜ਼ਾ ਆਏਗਾ ਵੀਡੀਓ ਦੇ ਵਿੱਚ ਪਰ ਖਾਸ ਤੌਰ ਤੇ ਧਿਆਨ ਰੱਖਿਓ ਮੇਰੀ ਰੁਟੀਨ ਵੀ ਮੈਂ ਦੱਸ ਦਊਗਾ ਤੇ ਤੁਸੀਂ ਆਪਣੀ ਰੂਟੀਨ ਕਮੈਂਟਾਂ ਦੇ ਅੰਦਰ ਦੱਸਿਓ ਜੇ ਇੱਕਲ ਦਮਾਸਤ ਰਹਿਵੇਂ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਕਿ ਵੀਡੀਓ ਹਫਤੇ ਦੇ ਵਿੱਚ ਚਾਰ ਵੀਡੀਓਜ਼ ਆਇਆ ਕਰਨਗੇ ਆ ਜੇ ਇਸ ਵੀਡੀਓ ਦੇ ਉੱਤੇ 700 ਜਾਂ 800 ਕਮੈਂਟ ਆਏਗਾ ਤਾਂ ਹਫਤੇ 'ਚ ਚਾਰ ਵੀਡੀਓ ਆਇਆ ਕਰਨਗੇ ਤਾਂ ਇਨਾ ਜੋਰ ਲੱਗਦਾ ਇਹ ਚੀਜ਼ ਨਹੀਂ ਫਿਰ ਮੈਂ ਦੋ ਵੀਡੀਓ ਕਰ ਦੇਣੀਆਂ ਨੇ ਚਲੋ ਦੇਖਦੇ ਆ 700 ਕਮੈਂਟ ਆਉਂਦਾ ਜਾਂ ਨਹੀਂ ਆਉਂਦਾ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਨੂੰ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਪੜਾਉਂਗਾ ਮੈਂ ਜਸਟੀਫਾਈ ਕਰਨ ਲੱਗਿਆ ਤੁਹਾਨੂੰ ਦੇਖੋ ਆ ਵਰਬ ਦੇ ਫਾਰਮ ਤਾਂ ਆ ਗਏ ਆ ਇਹ ਉਹ ਵਾਲੀਆਂ ਵਰਬ ਦੇ ਫਾਰਮ ਵਿੱਚ ਚੂਜ਼ ਕੀਤੀਆਂ ਨੇ ਜਿਹੜੀਆਂ ਹਰ ਇੱਕ ਸਟੂਡੈਂਟ ਨੂੰ ਮਤਲਬ ਯੂਜ਼ ਕਰਨੀਆਂ ਪੈਣਗੀਆਂ ਤੇ ਇਹ ਵੀ ਗੱਲ ਯਾਦ ਰੱਖਿਓ ਮੈਂ ਫਸਟ ਸੈਕਿੰਡ ਤੇ ਥਰਡ ਇਹ ਹਰ ਹਰ ਜਗ੍ਹਾ ਤੇ ਤੁਹਾਨੂੰ ਯੂਜ਼ ਕਰਦੇ ਲਈ ਮਿਲਣਗੀਆਂ ਇਹ ਫਸਟ ਸੈਕਿੰਡ ਤੇ ਥਰਡ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਅੱਗੇ ਪਰਸਪੈਕਟਿਵ ਟੈਂਸ ਕਰਾਂਗੇ ਉਦੋਂ ਥਰਡ ਫਾਰਮ ਦੀ ਲੋੜ ਪੈਗੀ ਜਦੋਂ ਕਿ ਆਪਾਂ ਪਾਸਟ ਇਨਡੈਫੀਨਿਟ ਕਰਾਂਗੇ ਉਦੋਂ ਸੈਕਿੰਡ ਫਾਰਮ ਦੀ ਲੋੜ ਪੈਗੀ ਤਾਂ ਆਪਾਂ ਇੱਥੇ ਤੋਂ ਕੀ ਆਪਣੇ ਕੋਰਸ ਨੂੰ ਬਹੁਤ ਵਧੀਆ ਸਿੱਖਦੇ ਚੱਲਾਂਗੇ ਨੰਬਰ 1 ਵਰਬ ਦੀ ਫਾਰਮ ਹੈ ਥੈਟ ਇਜ਼ ਕਾਲਡ ਅ ਗੈਟ ਅਪ ਸਵੇਰੇ ਉੱਠਣਾ ਜਦੋਂ ਵੀ ਕੋਈ ਬੰਦਾ ਇਹਨੂੰ ਕੋਈ ਵੇਕ ਅਪ ਵੀ ਕਹਿੰਦਾ ਪਰ ਇਹਨੂੰ ਕੋਈ ਗੈਟ ਅਪ ਕਹਿੰਦਾ ਮੈਂ ਇਹਨੂੰ ਗੈਟ ਅਪ ਕਹਿੰਦਾ ਗਲਤ ਉਹ ਵੀ ਨਹੀਂ ਗਲਤ ਆ ਵੀ ਨਹੀਂ ਹੈਗਾ ਤਾਂ ਯਾਦ ਰੱਖਿਓ ਗੈਟ ਅਪ ਇਹਦੀ ਫਰਸਟ ਫਾਰਮ ਹੈ ਤੇ ਗੈਟ ਅਪ ਨੂੰ ਅਸੀਂ ਗਾਟ ਅਪ ਸੈਕੰਡ ਫਾਰਮ ਤੇ ਗਾਟਨ ਅਪ ਥਰਡ ਫਾਰਮ ਯਾਦ ਰੱਖਿਓ ਗੈਟ ਗਾਟ ਅਪ ਗਾਟਨ ਅਪ ਮਤਲਬ ਗੈਟ ਅਪ ਹੋ ਗਿਆ ਸਵੇਰੇ ਉੱਠਣਾ ਪ੍ਰੈਜ਼ੈਂਟ ਇਨਡੈਫੀਨਿਟ ਕੀ ਯੂਜ਼ ਹੋਏਗਾ ਇਹ ਅਗੇ ਸੈਕੰਡ ਫਾਰਮ ਪਾਸਤੀ ਲੱਗੇਗੀ ਇਹ ਜਿੰਨੇ ਪਰਤੇਤੀ ਯੂਜ਼ ਕਰਾਂਗੇ ਥਰਡ ਤੋਂ ਪਹੁੰਚਾਏਗੀ ਮਤਲਬ ਤੁਸੀਂ ਯਾਦ ਕਰਨਾ ਹੈ ਗੈਟ ਅਪ ਗਾਟ ਅਪ ਗਾਟਨ ਅਪ ਜਦੋਂ ਸਵੇਰੇ ਉੱਠਦੇ ਆਪਾਂ ਉਹਨੂੰ ਆਪਾਂ ਕਹਿੰਦੇ ਗੈਟ ਅਪ ਮੋਸਟ ਆਫਰ ਇਹ ਕਾ ਵਰਬ ਹੈ ਇਹ ਤਾਂ ਮਤਲਬ ਕਮਾਲ ਦੀ ਵਰਬ ਹੈ ਇਟਸ ਕਾਲਡ ਅ ਟੇਕ ਪਹਿਲਾਂ ਨਾ ਸਕੂਲਾਂ ਦੇ ਵਿੱਚ ਕੀ ਹੁੰਦਾ ਇਸ ਕਾਇ ਜਿਆਦਾ ਸੀ ਕਿ ਜੇ ਕੋਈ ਚੀਜ਼ਾਂ ਨੂੰ ਖਾਵਾਂਗੇ ਉਹਨਾਂ ਨੂੰ ਈਟ ਕਹਿੰਦੇ ਨੇ ਜੇ ਕਿਸੇ ਚੀਜ਼ ਨੂੰ ਪੀਵਾਂਗੇ ਉਹਨੂੰ ਡਰਿੰਕ ਕਹਿੰਦੇ ਨੇ ਪਰ ਹੁਣ ਯਾਦ ਰੱਖਿਓ ਈਟ ਤੇ ਡਰਿੰਕ ਆ ਰੂਲ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਨਾ ਏਟ ਯੂਜ਼ ਕਰਦੇ ਨਾ ਡਰਿੰਕ ਯੂਜ਼ ਕਰਦੇ ਹੁਣ ਆਪਾਂ ਯੂਜ਼ ਕਰਦੇ ਆ ਇਕੱਲਾ ਟੇਕ ਦਮਾਦ ਚਿੰਗਲ ਰੱਖ ਲਿਓ ਟੇਕ ਦਾ ਮਤਲਬ ਕੀ ਹੈਗਾ ਲਾਈਕ ਜਦੋਂ ਆਪਾਂ ਮੈਂ ਬ੍ਰੇਕਫਾਸਟ ਕਰਦਾ ਆਈ ਟੇਕ ਅ ਬ੍ਰੇਕਫਾਸਟ ਮੈਂ ਪਾਣੀ ਪੀਣਾ ਆਈ ਟੇਕ ਅ ਵਾਟਰ ਮੈਂ ਰੋਟੀ ਖਾਣਾ ਆਈ ਟੇਕ ਅ ਚਬਾਤੇ ਮਤਲਬ ਖਾਣ ਲਈ ਵੀ ਟੇਕ ਵੀਣ ਲਈ ਵੀ ਟੇਕ ਰਿਸ਼ਕ ਕਰਨ ਲਈ ਵੀ ਟੇਕ ਨੋਨ ਲਿਵ ਵੀ ਟੇਕ ਮੈਂ ਕਹਿੰਨਾ ਇਹ ਵਰਬ ਦੇ ਫਾਰਮ ਇੰਨੀਆਂ ਜਗਾ ਤੇ ਕਮਾਉਗੀ ਨਾ ਬਸ ਤੁਸੀਂ ਇਕ ਵਾਰ ਸਿਕ ਨੋਟ ਟੇਕ ਟੋਕ ਟੇਕਨ ਮਤਲਬ ਤਾਨੂੰ ਵਰਬ ਦੇ ਫਾਰਮਸ ਪਤਾ ਹੋਣੇ ਚਾਹੀਦੇ ਨੇ ਗੈਟ ਅਪ ਗਾਟ ਅਪ ਗਾਟ ਅਪ ਟੇਕ ਟੋਕ ਟੇਕਨ ਕੋਕ ਨੋ ਕਿਸੇ ਵੀ ਕੰਮ ਨੂੰ ਕਰਨਾ ਸੈਕਿੰਡ ਫਾਰਮ ਡਿਡ ਥਰਡ ਫਾਰਮ ਡਨ ਟੋ ਡਿਡ ਡਨ ਰਾਈਟ ਲਿਖਣਾ ਤੁਸੀਂ ਇਹ ਵੀ ਤੁਹਾਨੂੰ ਬੜੀਆਂ ਜਗ੍ਹਾ ਤੇ ਆਵੇਂ ਤੁਸੀਂ ਲੈਟਰ ਲਿਖੋ ਆਵੇਂ ਤੁਸੀਂ ਗਾਣਾ ਲਿਖੋ ਭਾਵੇਂ ਤੁਸੀਂ ਨੋਵਲ ਲਿਖੋ ਕੁਝ ਵੀ ਲਿਖੋ ਰਾਈਟ ਸੈਕਿੰਡ ਫਾਰਮ ਰੋਟ ਥਰਡ ਫਾਰਮ ਰਿਟਨ ਜੇ ਇਹ ਬਬੇ ਫਰਮ ਆਨ ਕੇ ਤਾਂ ਇੰਗਲਿਸ਼ ਉਹ ਨਹੀਂ ਆਉਂਦੀ ਨੇ ਕਿ ਗੱਲ ਖਤਮ ਹੈ ਡਿਲੀਵਰ ਕਰਨਾ ਉਹਨੇ ਲੈਕਚਰ ਪੜਾਉਣਾ ਜਦੋਂ ਨਾ ਮੈਂ ਆਪਣੇ ਲੈਕਚਰ ਨੂੰ ਡਿਲੀਵਰ ਕਰਦਾ ਡਿਲੀਵਰੀ ਸੈਕਿੰਡ ਫਾਰਮ ਇਨ ਡਿਲੀਵਰਡ ਡਿਲੀਵਰਡ ਇਹ ਬੜੀ ਕਮਾਲ ਦੀ ਚੀਜ਼ ਹੈ ਬਰਸ਼ ਕਰਨਾ ਬਰਸ਼ਡ ਬਰਸ਼ਡ ਇਹ ਯਾਦ ਰੱਖਿਓ ਜੇ ਤੁਸੀਂ ਨੂੰ ਬਰਸ਼ ਨੂੰ ਆਪਾਂ ਐਚ ਵੀ ਲੈਕਚਰ ਦੇ ਆਈ ਟੇਕ ਅ ਬਰਸ਼ ਉਹ ਵੀ ਸਹੀ ਹੈ ਰਾਪਾਂ ਚਲੋ ਬਰਸ਼ ਡਸ਼ਟ ਬਰਸ਼ ਹੋ ਗਿਆ ਪਰੇ ਰੱਬ ਦੀ ਪੂਜਾ ਕਰਨੀ ਪਰੇ ਪ੍ਰੇਡ ਪ੍ਰੇਡ ਟਿੰਗਲ ਹੋ ਰਿਹਾ ਰੱਖਿਓ ਪੀ ਆਰ ਏ ਵਾਈ ਪ੍ਰੇ ਹੁੰਦਾ ਹੈ ਰੱਬ ਦੀ ਪੂਜਾ ਕਰਨੀ ਕਿਤੇ ਇੱਕ ਆ ਸਪੈਲਿੰਗ ਨੇ ਦੇਖਿਓ ਪੀ ਆਰ ਈ ਵਾਈ ਕਿਤੇ ਕਿਸੇ ਦਾ ਵਿਆਚ ਰਿਸ਼ਤਾ ਹੋ ਰਿਹਾ ਹੋਵੇ ਅਗਲੇ ਕਹਿੰਦੇ ਨੇ ਜੀ ਮੁੰਡਾ ਤਾਂ ਪ੍ਰੇ ਕਰਦਾ ਆਪਾਂ ਕਹਾਂਗੇ ਬਹੁਤ ਵਧੀਆ ਗੱਲ ਹੈ ਜੀ ਮੁੰਡਾ ਤਾਂ ਪ੍ਰੇ ਕਰਦਾ ਹੈ ਪ੍ਰੇ ਦਾ ਮਤਲਬ ਕਿਉਂ ਕਿ ਰੱਬ ਦੀ ਪੂਜਾ ਕਰਦਾ ਹੈ ਪਰ ਬਾਬਾ ਜੀ ਰੱਬ ਦੀ ਪੂਜਾ ਕਰ ਲੈ ਏ ਨਾਲ ਹੋ ਗਈ ਯਾਦ ਰੱਖਿਓ ਪੀ ਆਰ ਈ ਵਾਈ ਨਾਲ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਇਹਦਾ ਮਤਲਬ ਹੈ ਸ਼ਿਕਾਰ ਕਰਨਾ ਮਤਲਬ ਮੁੰਡਾ ਤਾਂ ਸ਼ਿਕਾਰੀ ਹੈ ਉਹ ਪੀ ਆਰ ਈ ਵਾਈ ਜੇ ਈ ਆ ਗਿਆ ਆਪ ਪ੍ਰੇ ਦਾ ਮਤਲਬ ਸ਼ਿਕਾਰ ਕਰਨਾ ਪਰ ਆਪ ਪ੍ਰੇ ਰੱਬ ਦਾ ਨਾਮ ਲੈਣਾ ਠੀਕ ਹੈ ਗੋ ਵੈਂਟ ਗੋਨ ਕੈਨੇਡਾ ਜਾਓ ਅਮਰੀਕਾ ਜਾਓ ਉਸੇ ਲੈ ਜਾਓ ਜਿੱਥੇ ਮਰਜੀ ਜਾਓ ਫਸਟ ਫਰਮ ਗੋ ਸੈਕਿੰਡ ਵੈਂਟ ਥਰਡ ਗੋਨ ਇਹ ਵੀ ਬਹੁਤ ਕੰਮ ਆਏਗੀ ਫਰਮ ਨੀਟ ਮੈਟ ਮੈਟ ਮਿਲਦਾ ਕਿਸੇ ਨੂੰ ਮੇਕ ਕਿਸੇ ਵੀ ਚੀਜ਼ ਨੂੰ ਬਣਾਉਣਾ ਮੇਡ ਮੇਡ ਆ ਬੜੀ ਵਧੀਆ ਤੇ ਯਾਦ ਰੱਖਿਓ ਆ ਤਾਂ ਕਮਾਲ ਦੀ ਚੀਜ਼ ਹੈ ਰੀਡ ਦਾ ਮਤਲਬ ਹੁੰਦਾ ਪੜਨਾ ਰੀਡ ਦਾ ਮਤਲਬ ਹੁੰਦਾ ਪੜਨਾ ਤੇ ਆਹ ਉਹ ਦੂਜਿਆਂ ਨੂੰ ਲੱਗਦਾ ਵੀ ਰੀਡ 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 ਸਪੈਲਿੰਗ ਤੇ ਕੋਨੇ ਬਰਾਵਰੇ ਗੇਮ ਪੜਾਣੀ ਅੰਗਰੇਜ਼ੀ ਨੇ ਕੀ ਪਾਤੀ ਐਨੀ ਵਰਬ ਦੀ ਜਿਹੜੀ ਫਸਟ ਫਾਰਮ ਹੈ ਉਹਨੂੰ ਤਾਂ ਪੜਾਂਗੇ ਰੀਡ ਆਈ ਨੂੰ ਨਾ ਹੈਗ ਦਾ ਸਪੈਲਿੰਗ ਸੇਮ ਨਹੀਂ ਬਟ ਐਵੇਂ ਰੀਡ ਨਹੀਂ ਪੜਨਾ ਇਹਦੀ ਪ੍ਰੋਨੰਸੀਏਸ਼ਨ ਹੈ ਰੈੱਡ ਰੈੱਡ ਮਾਈ ਗੁੱਡਨੈਸ ਸਰ ਸਾਨੂੰ ਕਿਵੇਂ ਪਤਾ ਕਿ ਬਸ ਆਹੀ ਸਿਖਾਵਾਂਗੇ ਪਹਿਲੀ ਫਾਰਮ ਰੀਡ ਦੂਜੀ ਫਾਰਮ ਦਾ ਨਾਮ ਹੈ ਰੈੱਡ ਤੀਜੀ ਦਾ ਨਾਮ ਹੈ ਰੈੱਡ ਪਰ ਸਪੈਲਿੰਗ ਉਹੀ ਸੇਮ ਨੇਗੇ ਸਪੈਂਡ ਕਰਨਾ ਜਦੋਂ ਆਪਾਂ ਕਿਸੇ ਦੇ ਸਪੈਂਡ ਕਰਦੇ ਆ ਟਾਈਮ ਸਪੈਂਡ ਕਰਦੇ ਆ ਸਪੈਂਟ ਸਪੈਂਟ ਟਾਈਮ ਨੂੰ ਸਪੈਂਡ ਵੀ ਕਰਦੇ ਆ ਠੀਕ ਹੈ ਵਾਚ ਕਰਨਾ ਲਗਾਤਾਰ ਦੇਖਣਾ ਵਾਚ ਵਾਚਡ ਵਾਚਡ ऑपरेट करना ਤੁਸੀਂ ਕੋਈ ਕੰਪਿਊਟਰ ਚਲਾਉਂਦੇ ਹੋ ਮੋਬਾਈਲ ਚਲਾਉਂਦੇ ਹੋ ਆਪਰੇਟ ਕਰਦੇ ਹੋ ਆਪਰੇਟਡ ਆਪਰੇਟਡ ਕਿੰਨਾ ਪਲੇ ਪਲੇਡ ਪਲੇਡ ਮਤਲਬ ਇਹ ਵਰਬ ਦੇ ਫਾਰਮ ਜਿਹਤਨੋਂ ਆਉਣਗੇ ਹਨ ਤੁਸੀਂ ਮੇਰੀ ਗੱਲ ਨੂੰ ਦਿਮਾਗ 'ਚ ਰੱਖ ਲਿਓ 110% ਮੈਂ ਤੁਹਾਨੂੰ ਕਹਿਣਾ ਹੈਗਾ ਕਿ ਤੁਸੀਂ ਬਹੁਤ ਵਧੀਆ ਲੈਵਲ ਦੀ ਇੰਗਲਿਸ਼ ਸਿੱਖਣ ਦੇ ਲਈ ਕਾਬਿਲ ਹੋ ਜਾਓਗੇ ਜਿਆਤਨੋਂ ਆਉਂਦੀ ਹੈ ਤਾਂ ਆਪਾਂ ਸ਼ੁਰੂ ਕਰਾਂਗੇ ਅੱਜ ਦੀ ਰੁਟੀਨ ਨੂੰ ਹੁਣ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਕਿ ਮੇਰੀ ਡੇਲੀ ਰੁਟੀਨ ਕੀ ਹੈ विद सेंटेंस विद मैं तुम्हें फैक्चुराइजेषन करवाऊंगा तुम फील होएगा भी हाँ रमन सर बिल्कुल उस चीज़ को अं फील कर रहे हैं सब तो पहले नंबर पर मैं आई गेट अप अर्ली इन द मॉर्निंग एट फाइव ओ कलॉक मतलब कि मैं सवेरे पां बजे उठदा भी गल याद रखी हो मैंने एक ही लिखा आए आए न मैं लिखा गैटअप गैटअप की है वर्ब दी फर्स्ट फॉर्म आए गैटअप अर्ली का तो लिखे क्योंकि पांच बजे उठदा आए गैटअप अर्ली ਇਨ ਦਾ ਮਾਰਨਿੰਗ ਐਟ 5 ਓ ਕਲੋਕ ਤੇ ਯਾਦ ਰੱਖਿਓ ਟਾਈਮ ਤੋਂ ਪਹਿਲਾਂ ਐਟ ਆਂਦਾ ਹੁੰਦਾ ਤੇ ਟਾਈਮ ਤੋਂ ਬਾਅਦ ਏਮ ਤਾਂ ਲਿਖਿਆ ਕਿਉਂਕਿ ਉਹ ਸਵੇਰ ਦਾ ਟਾਈਮ ਹੈ ਇਹ ਬੜੀ ਕਮਾਲ ਦੀ ਚੀਜ਼ ਸਿੱਖਣ ਨੂੰ ਮਿਲਦੀ ਹੈ ਨਾ ਆਈ ਗੈਟ ਅਪ ਅਰਲੀ ਇਨ ਦਾ ਮਾਰਨਿੰਗ ਐਟ 5 ਓ ਕਲੋਕ ਦੇਖੋ 5 ਵਜੇ ਉੱਠ ਗਿਆ ਉਸ ਤੋਂ ਬਾਅਦ ਮੈਂ ਕੀ ਕਰਦਾ ਨੈਕਸਟ ਆਈ ਟੇਕ ਲਿਊਕ ਵਾਰਮ ਵਾਟਰ ਯਾਦ ਰੱਖਿਓ ਲਿਊਕ ਵਾਰਮ ਜਿਹਨੂੰ ਆਪਾਂ ਕਹਿੰਦੇ ਕੋਸਾ ਕੋਸਾ ਮੈਂ ਫਿਰ ਪੀਣਾ ਕੋਸਾ ਕੋਸਾ ਪਾਣੀ ਇਦੇ ਨਾਲ ਕੀ ਹੁੰਦਾ ਹੈਗਾ ਵੀ ਮੈਨੂੰ ਇਹ ਲੱਗਦਾ ਮੈਂ ਸਪੀਟ ਵਗੈਰਾ ਚੰਗਾ ਫਰੈਸ਼ ਹੋ ਜਾਂਦਾ ਹੈਗਾ ਤਾਂ ਆਈ ਟੇਕ ਊਕਵਾਰਡ ਵਾਟਰ ਉਸ ਤੋਂ ਬਾਅਦ ਅਗਲੀ ਚੀਜ਼ ਮੈਂ ਕਰਦਾ ਆਈ ਡੂ ਮੈਡੀਟੇਸ਼ਨ ਇਹ ਬੜੀ ਵਧੀਆ ਚੀਜ਼ ਹੈ ਤੇ ਆਏ ਤੋਂ ਬਾਅਦ ਮੈਂ ਕੀ ਲਾਇਆ ਡੂ ਲਾਇਆ ਡੂ ਇਸ ਵਰਬ ਦੀ ਫਸਟ ਫਾਰਮ ਹੈ ਤੁਸੀਂ ਦੇਖੋ ਜਿੰਨੇ ਸੈਂਟੈਂਸ ਬਣਾਉਂਗਾ ਕੋਈ ਆਈ ਐਂ ਜਿੰਨੀ ਕੁਛ ਨਹੀਂ ਆਈ ਡੂ ਮੈਡੀਟੇਸ਼ਨ ਤੇ ਲਾਸਟ ਵਿੱਚ ਮੈਂ ਆਪਣੀ ਪੂਰੀ ਰੁਟੀਨ ਤੁਹਾਨੂੰ ਲਿਖ ਕੇ ਦਿਖਾਉਂਗਾ ਵੀ ਹਾਂ ਮੇਰੀ ਆ ਰੁਟੀਨ ਦੇਖੋ ਜੀ ਮੇਰਾ ਉਹ ਮੈਡੀਟੇਸ਼ਨ ਵੀ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੇ ਦਿਨ ਦੇ ਪਲਾਨ ਕਰਦਾ ਆਈ ਰਾਈਟ ਮਾਈ ਡੇ ਪਲਾਨ ਮੈਂ ਆਪਣੇ ਡੇ ਪਲਾਨ ਕਰ ਲਿਆ ਵੀ ਹਾਂ ਭਰਾ ਹੁਣ ਮੈਂ ਆ ਜਾ ਸਾਰੇ ਕੰਮ ਕਰਨੇ ਨੇ ਆ ਕਰਨੇ ਆ ਉਸ ਤੋਂ ਬਾਅਦ ਕੀ ਕਰਦੇ ਆ ਆਈ ਆਈ ਡਿਲੀਵਰ ਮਾਈ ਲੈਕਚਰ ਮੈਂ ਆਨਲਾਈਨ ਕਲਾਸ ਪੜਾਉਣਾ ਤੇ ਯਾਦ ਰੱਖੇ ਲੈਕਚਰ ਨੂੰ ਡਿਲੀਵਰ ਕਰਨ ਨੂੰ ਆਪਾਂ ਕੀ ਕਹਿੰਦੇ ਆ ਆਈ ਡਿਲੀਵਰ ਮਤਲਬ ਜਦੋਂ ਆਪਾਂ ਲੈਕਚਰ ਦੇਨੇ ਹੁੰਦੇ ਆ ਨਾ ਆਈ ਗੇਵ ਨਹੀਂ ਹੋਊਗਾ ਨਾ ਉੱਤੇ ਤਾਂ ਆਈ ਡਿਲੀਵਰ ਮਾਈ ਆਨਲਾਈਨ ਲੈਕਚਰ ਜਾਂ ਕੁਝ ਵੀ ਕਹਿ ਸਕਦੇ ਹੋ ਮੈਂ ਲੈਕਚਰ ਹੈ ਜਿਹੜਾ ਆਨਲਾਈਨ ਪੜਾ ਦਨਾ ਹੁੰਨਾ ਉਸ ਤੋਂ ਬਾਅਦ ਮੈਂ ਘਰੇ ਜਾ ਕੇ ਆਈ ਟੇਕ ਬਰਸ਼ ਐਂਡ ਬਾਥ ਮੈਂ ਭਾਵੇਂ ਤੁਸੀਂ ਬਰਸ਼ ਕਰ ਰਹੇ ਹੋ ਤਾਂ ਵੀ ਟੇਕ ਭਾਵੇਂ ਤੁਸੀਂ ਨਹਾ ਰਹੇ ਹੋ ਤਾਂ ਵੀ ਟੇਕ ਮਤਲਬ ਪਹਿਲਾਂ ਮੈਂ ਬਰਸ਼ ਕੀਤਾ ਆਈ ਟੇਕ ਅ ਬਰਸ਼ ਉਸ ਵਰ ਮੈਂ ਨਹਾ ਲਿਆ ਆਈ ਟੇਕ ਅ ਬਾਥ ਜੇ ਤੁਸੀਂ ਇਹਨਾਂ ਦੋਨਾਂ ਨੂੰ ਇਕੱਠਿਆਂ ਬਣਾਉਣਾ ਹੈਗਾ ਆਈ ਟੇਕ ਬਰਸ਼ ਐਂਡ ਬਾਥ ਚਲੋ ਜੀ ਨਾਲੇ ਹੁਣ ਮੈਂ ਥੋੜਾ ਜਿਹਾ ਰੱਬ ਨੂੰ ਤੇ ਆਲੀ ਅੰਮ੍ਰਿਤ ਨੂੰ ਵਧੀਆ ਚੜੂਗਾ ਆਈ ਪ੍ਰੇ ਟੂ ਗੋਡ ਮੈਂ ਫਿਰ ਰੱਬ ਦੀ ਪੂਜਾ ਕਰਦਾ ਆਈ ਪ੍ਰੇ ਟੂ ਗੋਡ ਫਿਰ ਰੱਬ ਦੀ ਪੂਜਾ ਹੋਗੀ ਇਸੋ ਇੱਕ ਗੱਲ ਹੋ ਰਿਹਾ ਦੇਖੋ ਪ੍ਰੇ ਪੀ ਆਰ ਏ ਯ ਆਈ ਪ੍ਰੇ ਇਹ ਹੁੰਦਾ ਰੱਬ ਦੀ ਪੂਜਾ ਇੱਕ ਆ ਹੁੰਦਾ ਸਪੈਲਿੰਗ ਪੀ ਆਰ ਈ ਬਾਈ ਇਹ ਪ੍ਰੇ ਦਾ ਬਦਲ ਉਹਨੇ ਸ਼ਿਕਾਰੀ ਕਿਤੇ ਕੋਈ ਰਿਸ਼ਤਾ ਹੋ ਰਿਹਾ ਹੋਵੇ ਕਹਿੰਦੇ ਹੁਣ ਵੀ ਅਸੀਂ ਸੱਚ ਬੋਲਾਂਗੇ ਭੈਣ ਜੀ ਮੁੰਡਾ ਤਾਂ ਪ੍ਰੇ ਕਰਦਾ ਤੇ ਆਪਾਂ ਸੋਚੋ ਵੀ ਸਪੋਕਨ ਇੰਗਲਿਸ਼ ਕਰਦੇ ਆ ਪ੍ਰੇ ਦਾ ਮਤਲਬ ਪੂਜਾ ਕਰਨੀ ਹੈ ਉਹ ੱਛਾ ਲੀਓ ਵੀ ਪ੍ਰੇ ਏ ਵਾਲਾ ਕਰਦਾ ਫਿਰ ਤਾਂ ਠੀਕ ਹੈ ਹੇ ਰੱਬਾ ਜੇ ਕਿਤੇ ਪ੍ਰੇ ਈ ਵਾਲਾ ਕਰਦਾ ਹੋਇਆ ਫਿਰ ਦੰਤਾਂ ਨਾ ਨਾ ਹੋ ਜਾਣੀ ਏ ਚਲੋ ਜੀ ਬ੍ਰੇਕ ਆਪਣਾ ਹੋ ਗਿਆ ਪ੍ਰੇ ਹੋ ਗਿਆ ਹੁਣ ਆਪਾਂ ਖਾਣਿਆ ਕੁਛ ਬ੍ਰੇਕਫਾਸਟ ਕਰਦੇ ਆ ਆਈ ਟੇਕ ਅ ਬ੍ਰੇਕਫਾਸਟ ਦੇਖੋ ਖਾਣ ਦੇ ਲਈ ਵੀ ਮੈਨੇ ਬ੍ਰੇਕਫਾਸਟ ਲਾਇਆ ਮਤਲਬ ਜਿਹੜਾ ਟੇਕ ਹੈ ਉਹ ਯੂਜ਼ ਕੀਤਾ ਆਈ ਟੇਕ ਅ ਬ੍ਰੇਕਫਾਸਟ ਇੱਕ ਹੋਰ ਬੜੀ ਕਮਾਲ ਦੀ ਗੱਲ ਦੱਸਦਾ ਜਿਹੜਾ ਇਹ ਵਰਡ ਹੈ ਨਾ ਬ੍ਰੇਕਫਾਸਟ ਰਾਤ ਨੂੰ ਆਪਾਂ 9 ਵਜੇ ਰੋਟੀ ਖਾਧੀ ਫਿਰ ਆਪਾਂ ਸੌਂਗੇ 10 11 12 1 2 3 4 5 6 7 8 ਕਿੰਨਾ ਟਾਈਮ ਆਪਾਂ ਨੇ ਕੁਝ ਨਹੀਂ ਖਾਦਾ ਆਪਣਾ ਨਾ ਫਾਸਟ ਰੱਖਿਆ ਗਿਆ ਫਾਸਟ ਫਾਸਟ ਨੇ ਵਰਤ ਰੱਖਿਆ ਗਿਆ ਫਿਰ ਭਰਾ ਜਦੋਂ ਆਪਾਂ ਸਵੇਰੇ ਸਵੇਰੇ ਬਰਤ ਕੁਝ ਖਾ ਪੀ ਲੈਨੇ ਆ ਫਿਰ ਆਪਾਂ ਕਹਿੰਦੇ ਇਹਦੀ ਲਓ ਜੀ ਬ੍ਰੇਕਫਾਸਟ ਹੋ ਗਿਆ ਫਾਸਟ ਕੀ ਹੈ ਬ੍ਰੇਕ ਹੋ ਗਿਆ ਪਰ ਆਪਣੇ ਪੰਜਾਬੀਆਂ ਦੇ ਹੋਰ ਰੌਲੇ ਆ ਜੇ ਭਾਵੇਂ ਦੋ ਗਲਾਸ ਚਾਹ ਦੇ ਨਾਲ ਇੰਨੇ ਮੋਠੀ ਭਰ ਕੇ ਘਰੇ ਬਣਾਏ ਹੋਏ ਬਿਸਕੁਟ ਖਾ ਲੈਣਾ ਤੇ ਜਦੋਂ ਤੱਕ ਦੋ ਤਿੰਨ ਪਰੌਂਟੇ ਨਹੀਂ ਖਾਂਦੇ ਜੇ ਬ੍ਰੇਕਫਾਸਟ ਚਾਹ ਪੀਤੇ ਹੋ ਰੁਪਚ ਕੇ ਦੇਖ ਲਿਓ ਵੀ ਬ੍ਰੇਕਫਾਸਟ ਕਰ ਲਿਆ ਨਹੀਂ ਨਹੀਂ ਹਲੇ ਤਾਂ ਪਰੌਂਟੇ ਖਾਣੇ ਹਨ ਮਤਲਬ ਬ੍ਰੇਕਫਾਸਟ ਸਾਨੂੰ ਕੀ ਲੱਗਦਾ ਹੈਗਾ ਵੀ ਪਰੌਂਟੇ ਜਾਂ ਰੋਟੀਆਂ ਸਾਨੂੰ ਬ੍ਰੇਕਫਾਸਟ ਕਹਿੰਦੇ ਆ ਤੁਸੀਂ ਕੋਈ ਵੀ ਖਾਦਾ ਤੁਹਾਡਾ ਫਾਸਟ ਬ੍ਰੇਕ ਹੋ ਗਿਆ ਨਾ ਕਿਉਂਕਿ ਇੰਨੇ ਟਾਈਮ ਦਾ ਫਾਸਟ ਵਰਤ ਰੱਖਿਆ ਹੋਇਆ ਸੀ ਉਹ ਬ੍ਰੇਕ ਹੋ ਗਿਆ ਇਟਸ ਕਾਲਡ ਆਈ ਟੇਕ ਅ ਬ੍ਰੇਕਫਾਸਟ ਬ੍ਰੇਕਫਾਸਟ ਤੋਂ ਬਾਅਦ ਮੈਂ ਆਫਿਸ ਜਾਣਾ ਆਈ ਗੋ ਟੂ ਮਾਈ ਆਫਿਸ ਤੇ ਯਾਦ ਰੱਖਿਓ ਗੋ ਦੇ ਨਾਲ ਟੂ ਲੱਗਦਾ ਹੁੰਦਾ ਜਦੋਂ ਆਪਾਂ ਡਿਸਟੈਂਸ ਕਰਦੇ ਆਂ ਮੈਂ ਆਪਣੇ ਘਰ ਤੋਂ ਆਪਣੇ ਆਫਿਸ ਜਾ ਰਿਹਾ ਨਾ ਆਈ ਗੋ ਟੂ ਮਾਈ ਆਫਿਸ ਉੱਥੇ ਜਾ ਕੇ ਮੈਂ ਲੋਕਾਂ ਨੂੰ ਮਿਲਦਾ ਆਈ ਮੀਟ ਪੀਪਲ ਆਈ ਮੀਟ ਕੀ ਹੋ ਗਿਆ ਮਿਲਣਾ ਆਈ ਮੀਟ ਪੀਪਲ ਤੁਸੀਂ ਕਿਸੇ ਨੂੰ ਨੋਟ ਕਰਕੇ ਦੇਖੋ ਮੈਂ ਜਿੰਨੇ ਵੀ ਸੈਂਟੈਂਸ ਬਣਾ ਰਿਹਾ ਆਈ ਮਤਲਬ ਮੈਂ ਉਸ ਵਾਰ ਮੈਂ ਜਿਹੜਾ ਵੀ ਕੰਮ ਕਰਦਾ ਲੋਕਾਂ ਨੂੰ ਮਿਲਿਆ ਉਸ ਵਾਰ ਮੈਂ ਆਪਣੀ ਲੈਕਚਰ ਹੈ ਜਿਹੜਾ ਫਿਰ ਕਲਾਸਿਕ ਵਰ ਹੋਰ ਦੇਣਾ ਆਈ ਡਿਲੀਵਰ ਮਾਈ ਲੈਕਚਰ ਫਿਰ ਮੈਂ ਆਪਣਾ ਲੈਕਚਰ ਹੈ ਜਿਹੜਾ ਡਿਲੀਵਰ ਕਰਦਾ ਇਹ ਮੇਰੀ ਆਫਲਾਈਨ ਕਲਾਸ ਹੁੰਦੀ ਹੈ ਉਸ ਵਾਰ ਮੈਂ ਆ ਕੇ ਕੀ ਕਰਦਾ ਆਈ ਮੇਕ ਮੇਕ ਉਹਦਾ ਬਣਾਉਣਾ ਆਈ ਮੇਕ ਵੀਡੀਓਜ਼ ਫਾਰ ਮਾਈ YouTube ਚੈਨਲ ਫਿਰ ਮੈਂ ਆਪਣੇ YouTube ਚੈਨਲ ਦੇ ਲਈ ਵੀਡੀਓ ਬਣਾ ਲੈਣਾ ਉਸ ਵਾਰ ਮੈਂ ਥੋੜਾ ਜਿਹਾ ਬ੍ਰੇਕਫਾਸਟ ਬ੍ਰੇਕਫਾਸਟ ਤਾਂ ਕਰ ਲਈ ਸਵੇਰੇ ਫਿਰ ਮੈਂ ਲੰਚ ਕਰਦਾ ਆਈ ਟੇਕ ਆ ਲੰਚ ਹੁਣ ਮੈਂ ਦੁਪਹਿਰੇ ਲੰਚ ਕਰ ਲਿਆ ਫਿਰ ਮੈਨੂੰ ਥੋੜੀ ਜਿਹੀ ਸੁਸਤੀ ਪੈ ਗਈ ਮੈਂ ਕਿਹਾ ਥੋੜਾ ਜਿਹਾ ਟਾਈਮ ਸੌਂ ਜੀਏ ਮੈਂ ਕਿਹਾ i take a nap take a nap ਜਦੋਂ ਨਾ ਰਾਤ ਨੂੰ ਸੌਣੇ ਆਪਾਂ 7-8 ਘੰਟੇ ਕੋ ਤਾਂ ਸਲੀਪ ਹੁੰਦਾ ਜਦੋਂ ਆਪਾਂ ਦੁਪਹਿਰੇ ਘੰਟਾ ਅੱਧਾ ਘੰਟਾ 2 ਘੰਟੇ ਸੌਣੇ ਇਹਨੂੰ ਨੈਪ ਕਹਿੰਦੇ ਨੇ i take a nap ਨੈਪ ਦਾ ਮਤਲਬ ਹੈ ਵੀ ਬਸ ਬਹੁਤ ਥੋੜਾ ਜਿਹਾ ਟਾਈਮ ਸੋਣਾ ਤਾਂ i take a nap ਚਲੋ ਜੀ ਹੁਣ ਆਪਣੀ ਨੈਪ ਵੀ ਹੋ ਗਈ ਉਸ ਤੋਂ ਬਾਅਦ ਮੈਂ ਥੋੜੀ ਕਿਤਾਬ ਵਗੈਰਾ ਪੜ ਲਾਂ ਨਾ i read books ਮੈਂ ਥੋੜੀਆਂ ਕਿਤਾਬਾਂ ਪੜ ਲਈਆਂ i read books ਉਸ ਤੋਂ ਬਾਅਦ ਮੈਂ ਥੋੜਾ ਟਾਈਮ ਆਫ ਦੇ ਮਮੀ ਡੈਡੀ ਨਾਲ ਬੈ ਕੇ ਟਾਈਮ ਸਪੈਂਡ ਕਰਦਾ ਇੱਕ ਮੇਰੇ ਦੋਸਤ ਦਾ ਰਾਤ ਨੂੰ ਨੈਟਵਰਕ ਖਤਮ ਹੋ ਗਿਆ ਬੜਾ ਜੋਰ ਲਾਇਆ ਨੈਟਵਰਕ ਦੇ ਤੋਂ ਪਿਆਨੇ ਕਰ ਉਹ ਸਾਰਾ ਫੋਨ ਛੱਡ ਕੇ ਉਹ ਘਰ ਦੇ ਨਾਲ ਗੱਲਾਂ ਬਾਤਾਂ ਕਰੀਆਂ ਬਾਅਦ ਚ ਉਹਨੇ ਕਨਕਲੂਜਨ ਜਾਂ ਕਰਦੇ ਆ ਵੀ ਬੰਦੇ ਤਾਂ ਆ ਵੀ ਠੀਕ ਨੇ ਕਹਿੰਦਾ ਉਹ ਵੀ ਬਾਹਰ ਦੇ ਨੂੰ ਪੁੱਛੀ ਜਾਂਦੇ ਵੀ ਰੋਟੀ ਖਾ ਲਈ ਦਾ ਖਾ ਲਈ ਘਰ ਦੇ ਨੂੰ ਪੁੱਛ ਸਕਦੇ ਆ ਤਾਂ ਮਤਲਬ ਕੀ ਹੈ ਆਈ ਸਪੈਂਡ ਮਾਈ ਟਾਈਮ ਵਿਦ ਮਾਈ ਫੈਮਿਲੀ ਮੈਂ ਆਪਣਾ ਟਾਈਮ ਆਪਣੀ ਫੈਮਿਲੀ ਨਾਲ ਸਪੈਂਡ ਕੀਤਾ ਉਸ ਤੋਂ ਬਾਅਦ ਮੈਂ ਮਾੜਾ ਮੋਟਾ ਟੀਵੀ ਦੇਖ ਲਿਆ ਆਈ ਵਾਚ ਵੀ ਆਈ ਵਾਚed ਟੀਵੀ ਫਿਰ ਮੈਂ ਬੱਚਿਆਂ ਨਾਲ ਖੇਡਿਆ ਆਈ ਪਲੇ ਵਿਦ ਕਿਡਸ ਫਿਰ ਮੈਂ ਬੱਚਿਆਂ ਨਾਲ ਖੇਡਣ ਤੋਂ ਬਾਅਦ ਮੈਂ ਥੋੜਾ ਮੋਬਾਈਲ ਚਲਾ ਲਿਆ ਆਈ ਆਪਰੇਟ ਆਪਰੇਟ ਹੁੰਦਾ ਮੋਬਾਈਲ ਨੂੰ ਚਲਾਉਣਾ ਆਈ ਆਪਰੇਟ ਮਾਈ ਮੋਬਾਈਲ ਫੋਨ ਮੋਬਾਈਲ ਫੋਨ ਨੂੰ ਚਲਾਉਣ ਤੋਂ ਬਾਅਦ ਫਿਰ ਮੈਂ ਡਿਨਰ ਕਰਿਆ ਆਈ ਟੇਕ ਅ ਡਿਨਰ ਡਿਨਰ ਕਰਕੇ ਫਿਰ ਸਾਰੇ ਕੰਮ ਨਿਬੜ ਗਏ ਨਾ ਫਿਰ ਆਪਾਂ ਕਹਿੰਦੇ ਹਾਂ ਕਿ ਇਹ ਨਹੀਂ ਹੈਗਾ ਨਾ ਫਿਰ ਮੈਂ ਰਾਤ ਨੂੰ 11 ਵਜੇ ਸੌਣਾ ਕੀ ਪਰ 11 ਵਜੇ ਨੀਂਦ ਨਾ ਆਵੇ 12 ਵਜੇ ਨੀਂਦ ਆਵੇ ਆਪਾਂ ਨੂੰ ਨੀਂਦ ਫਾਈਨਲ ਨਹੀਂ ਹੁੰਦੀ ਇਸ ਕਰਕੇ ਆਪਾਂ ਕਹਿੰਦੇ ਹੁੰਨੇ ਆ then i go to bed ਫਿਰ ਆਪਾਂ go to bed ਹੋ ਜਾਂਦੇ ਆ ਫਿਰ ਨੀਂਦ ਜਦੋਂ ਆਉਗੀ ਉਹ ਕੀ ਇਹ ਸਾਰਾ ਰੁਟੀਨ ਹੈ ਹੁਣ ਤੁਸੀਂ ਇਹਨੂੰ ਸਾਰੇ ਸੈਂਟੈਂਸ ਸਟਰਕਚਰ ਨਾਲ ਇਸ ਤਰੀਕੇ ਨਾਲ ਬੋਲਣਾ ਹੈ ਮੈਂ ਤੁਹਾਨੂੰ ਕੁਝ ਕੁ ਕਨੈਕਟਰ ਦੱਸਦਾ ਕਨੈਕਟਰ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਜਿਵੇਂ then ਪਹਿਲਾ ਕਨੈਕਟਰ ਹੈ then ਇੱਕ ਲਾਈਨ ਤੋਂ ਬਾਅਦ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜਾਂ after that ਗੋਸ ਯੂਜ਼ ਕਰੋ then ਜਾਂ after that ਇੱਕ ਹੋਰ ਵੀ ਹੈ ਤੁਸੀਂ ਨੈਕਸਟ नैक्सट मैं आ कर नैक्सटी देखो इन सेंटेंस किन्ने कि तरीके आप बोल सकते हैं जिम्मे ये सारिया लाइना तो बाद आप की यूज़ करा आफ्टर दैट दैन नैक्सट किमें यूज़ कर सकते हैं जिम्मे फॉर एग्जाम्पल आई अप अर्ली एट फाइव पी एम दैन आई टेक ल्यूक वॉम वॉटर आफ्टर दैट आई डू मैडीटेशन दैन आई डिलीवर माई लैक्चर आफ्टर दैट आई टेक ब्रश एंड बाथ दैन आई प्रे टू गॉड नैक्सट ਆਈ ਟੇਕ ਮਾਈ ਬ੍ਰੇਕਫਾਸਟ ਆਫਟਰ ਦੈਟ ਆਈ ਗੋ ਟੂ ਆਫਿਸ ਆਈ ਮੀਟ ਪੀਪਲ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਨਾ ਕਿਸੇ ਚ ਦੈਨ ਕਿਸੇ ਚ ਨੈਕਸਟ ਕਿਸੇ ਚ ਆਫਟਰ ਦੈਟ ਇਹ ਸਾਰੀਆਂ ਚੀਜ਼ਾਂ ਜਦੋਂ ਯੂਜ਼ ਕਰੋਗੇ ਨਾ 100% ਤੁਹਾਨੂੰ ਰਿਜ਼ਲਟ ਇਨ ਅ ਪੋਜ਼ਿਟਿਵ ਆਏਗਾ ਨਾ ਤੇ ਹੁਣ ਮੈਂ ਵੇਟ ਕਰੂੰਗਾ ਕਿ ਤੁਸੀਂ ਆਪਣੀ ਰੁਟੀਨ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਤੇ ਮੈਂ ਚਾਹੁੰਦਾ ਕਿ ਜੇ ਮੈਨੂੰ ਇਹ ਵੀ ਕਮੈਂਟ ਚ ਦੱਸੋ ਕਿ ਆਪਾਂ ਵੀਕ ਦੇ ਵਿੱਚ ਦੋ ਵੀਡੀਓਜ਼ ਕਰਦੀਏ ਚਾਰ ਵੀਡੀਓਜ਼ ਜ਼ਿਆਦਾ ਤਾਂ ਨਹੀਂ ਹੈਗੀਆਂ ਇਹਦੇ ਬਾਰੇ ਵੀ ਦੱਸੋ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਡੂੰਗਾ ਤੇ ਡੀਪ ਪੜਾਉਂਗਾ ਹੁਣ ਆਪਣੀ ਡੇਲੀ ਰੁਟੀਨ ਆਪ ਬੋਲੋ ਕੋਈ ਆਈ ਐਨ ਜੀ ਨਹੀਂ ਕੋਈ ਥਰਡ ਫਾਰਮ ਨਿਕਲ ਲਈ ਵਰਬ ਦੀ ਫਸਟ ਫਾਰਮ ਦੇ ਨਾਲ ਤੇ ਮੈਂ ਵੇਟ ਕਰੂੰਗਾ ਤੁਹਾਡੇ ਕਮੈਂਟ ਰੀਡ ਕਰਨ ਦੀ ਤੇ ਜਿਹੜਾ ਸਭ ਤੋਂ ਵਧੀਆ ਹੋਇਆ ਮੈਂ ਲਾਈਕ ਵੀ ਕਰੂੰਗਾ ਲਵ ਯੂ एवरीवन ਐਮ ਇਨ ਯੂ ਵੀਡੀਓਜ਼ ਹੋ ਰੌਣ ਦੇ ਰਹੀਆਂ ਇਹ ਡੇ 5 ਸੀਗਾ ਲਵ ਯੂ